ਨੀ ਗੋਟਾ ਵੇਲਾ ਮੈਂ ਝਾੜੂ ਦੀ ਪਛਾਣ ਆਵਾਜ਼ ਪਛਾਣ ਲਈ ਮੈਂ ਹਾਂ ਇਹ ਗੋਟੀ ਡਈ ਹੋਣੀ ਝਾੜੂ ਮਾਰਨ ਵਿਹੜੇ ਦੇ ਵਿੱਚ ਆ ਕੋਠੇ ਤੇ ਪਾਣੀ ਇਕੱਠਾ ਹੋ ਗਿਆ ਪਾਣੀ ਪਣਾ ਵੀ ਬੜਾ ਗਿਆ ਨਹੀਂ ਨਹੀਂ ਸਾਡੇ ਤੇ ਸੀਵਰ ਸੂਵਰ ਖੁੱਲੇ ਸਾਡੇ ਤਾਂ ਵਧੀਆ ਲਵਾਏ ਸੀ ਨਾ ਆਹੋ ਤੇਰੇ ਭਾਜੀ ਨੇ ਤੇ ਤਾਂ ਕਰਕੇ ਸਾਡੇ ਨੀ ਪਾਣੀ ਪੂਣੀ ਨੀ ਇਕੱਠਾ ਹੁੰਦਾ ਪਰ ਆਹੋ ਇਹ ਆ ਕਿ ਪਾਣੀ ਹੁਣ ਆਉਣ ਤੇ ਡਿਓ ਵਾ ਕੀ ਪਤਾ ਨਾਲੇ ਤਾਰੇ ਗਮਲੇ ਗੁਮਲੇ ਲੱਗੇ ਨਾ ਪੱਤੇ ਪੁੱਤੇ ਵਾਵਾ ਉਹਦੇ ਕਰਕੇ ਬੰਦ ਬੁੰਦ ਹੋ ਜਾਂਦਾ ਹਾਂ ਨੀ ਤੂੰ ਤੇ ਵੇਖਦੀ ਨੀ ਆ ਭੈਣਾ ਮੈਂ ਕਿਹਾ ਕਿੰਨਾ ਚਿਰ ਹੋ ਗਿਆ ਵਾ ਕਿਤੇ ਗੁੱਟ ਵੱਲ ਲੂਣ ਮਸਾਲਾ ਹੀ ਨੀ ਕਿਤੇ ਸੁੱਟਿਆ ਵਾਹ ਕਿੱਥੇ ਰਹਿਨੀ ਨੀ ਨਵੀਂ ਤਾਜ਼ਾ ਖਬਰ ਸੁਣ ਲਾ ਭੈਣਾ ਇਹਨੇ ਜੱਗੇ ਨੇ ਨਾ ਫੋਟੋ ਪਾਈ ਕੁੜੀ ਦੇ ਨਾਲ ਹੋਏ ਨੀ ਮੇਰਾ ਤੇ ਇੱਕ ਰੰਗ ਆਵੇ ਤੇ ਇੱਕ ਜਾਵੇ ਤੇ ਉਹ ਬਾਅਦ ਦੇ ਵਿੱਚ ਕਿਤੇ ਮੇਰੇ ਮੁੰਡੇ ਨੇ ਦੱਸਿਆ ਕਿ ਉਹਦੇ ਸਨੈਪਚੈਟ ਦਾ ਫਿਲਟਰ ਆ ਦੱਸ ਮੈਂ ਕਿਹਾ ਤੁਸੀਂ ਅੰਪਰੇ ਤੁਹਾਨੂੰ ਅਸਲੀ ਤਾਂ ਕੁੜੀਆਂ ਲੱਭਣੀਆਂ ਨੇ ਕਿਤੇ ਤੁਹਾਨੂੰ ਚੰਗੀ ਅਸਲੀ ਕੁੜੀ ਨੇ ਤਾਂ ਕਿਤੇ ਨੰਬਰ ਨੰਬਰ ਪੜਾਉਣਾ ਨੀ ਤੁਸੀਂ ਮਰ ਜਾਣੇ ਉਹਦੇ ਸਨੈਪਚੈਟ ਦੇ ਫਿਲਟਰ ਨਾਲ ਹੀ ਫੋਟੋਆਂ ਕਰਾ ਕਰਾ ਕੇ ਤੇ ਤੁਸੀਂ ਸਾਡੇ ਵਰਗੀਆਂ ਦਾ ਤਰਾਹ ਕੱਢ ਦਿੰਦੇ ਜੇ ਮਰ ਜਾਣੇ ਆ ਅਸਲੀ ਤਾਂ ਤੁਹਾਨੂੰ ਮਿਲਣੀਆਂ ਨੀ ਤੇ ਉਹਦੇ ਨਾਲ ਫਿਲਟਰ ਨਾਲ ਹੀ ਫੋਟੋਆਂ ਪਾਈ ਜਾਂਦੇ ਦੱਸ ਵੇਲਾ ਮੈਂ ਹਾਂ ਲੋਕਾਂ ਦਾ ਹੈ ਉਹ ਮੇਰਾ ਤੇ ਭੈਣਾ ਇੱਕ ਰੰਗ ਆਵੇ ਮੈਂ ਕਿਹਾ ਇਹਨੂੰ ਕਿੰਨੇ ਕੁੜੀ ਦੇ ਦਿੱਤੀ ਤੇ ਬਹੁਤ ਪਤਾ ਲੱਗਾ ਕਿ ਨਕਲੀ ਆ ਹਾਏ